ਬਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 6,60,000 ਰੁਪਏ ਠੱਗੀ ਮਾਰਨ ਵਾਲੇ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ, ਜਿਨ੍ਹਾਂ 'ਚੋਂ ਪੁਲਿਸ ਨੇ 2 ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਥਾਣਾ ਦੇ SHO ਯਾਦਵਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 2 ਵਿਅਕਤੀਆਂ ਦਾ 2 ਦਿਨਾਂ ਦਾ ਰਿਮਾਂਡ ਲੈ ਲਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ 1 ਵਿਅਕਤੀ ਦੀ ਭਾਲ ਜਾਰੀ ਹੈ, ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੈਂ ਇੰਸਪੈਕਟਰ ਯਾਦਵਿੰਦਰ, SHO ਸਿਵਲ ਲਾਈਨਸ ਬਠਿੰਡਾ। ਕੁਝ ਦਿਨ ਪਹਿਲਾਂ ਆਫਟਰ ਇਨਕੁਆਇਰੀ ਇੱਕ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ 3 ਦੋਸ਼ੀਆਂ ਨੇ 6,60,000 ਰੁਪਏ ਦੀ ਕਿਸੇ ਨੂੰ ਸਰਕਾਰੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਸੀ। ਇਸ ਵਿੱਚੋਂ ਇੱਕ ਬੰਦੇ ਤੋਂ 3,60,000, ਇੱਕ ਬੰਦੇ ਤੋਂ 3 ਲੱਖ ਰੁਪਏ ਲਿਆ ਸੀ। ਉਸ ਦੇ ਵਿੱਚ ਸਾਡੇ ASI ਜਗਜੀਤ ਸਿੰਘ ਨੇ 2 ਦੋਸ਼ੀ ਗ੍ਰਿਫਤਾਰ ਕੀਤੇ ਹੈਗੇ। ਇੱਕ ਦਾ ਨਾਮ ਇਕਬਾਲਪ੍ਰੀਤ ਸਿੰਘ, ਦੂਜੇ ਨਾਮ ਖੜਕ ਸਿੰਘ ਹੈਗਾ। ਅਸੀਂ ਇਹਨਾਂ ਤੋਂ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਹਾਂ ਕਿ ਇਹਨਾਂ ਨੇ ਹੋਰ ਵੀ ਕਿਸ ਨਾਲ ਠੱਗੀ ਮਾਰੀ ਹੈ ਜਾਂ ਕਿੱਦਾਂ ਦੇ ਇਹਨਾਂ ਦਾ ਚਾਲ ਚੱਲਣ ਰਿਹਾ, ਪੁਰਾਣਾ ਰਿਕਾਰਡ ਕੀ ਹੈ, ਉਹ ਸਾਰੀ ਤਫਤੀਸ਼ ਅਜੇ ਚੱਲ ਰਹੀ ਹੈਗੀ। ਕੰਮ ਕੀ ਕਰਦੇ ਪਹਿਲਾਂ ਇਹਨਾਂ ਦਾ, ਕੋਈ ਕੰਮ ਨਸ਼ੇ? ਬੇਸਿਕਲੀ ਇਹ ਮਿਹਨਤ ਮਜ਼ਦੂਰੀ ਕਰਦੇ, ਨਸ਼ਾ ਬਾਰੇ ਹਾਲੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕੋਈ ਨਸ਼ਾ ਕਰਦੇ ਆ ਜਾਂ ਨਹੀਂ। ਅਤੇ ਇਹ ਬੇਸਿਕਲੀ ਲੋਕਾਂ ਨਾਲ ਹੀ ਭੋਲੇ ਭਾਲੇ ਲੋਕਾਂ ਨੂੰ ਗੱਲਾਂ ਵਿੱਚ ਲਾ ਕੇ ਉਹਨਾਂ ਨੂੰ ਠੱਗੀ ਮਾਰਦੇ ਆ ਪੈਸੇ ਦੇ ਸੰਬੰਧ 'ਚ। ਪੇਸ਼ ਕੀਤਾ ਕੋਰਟ 'ਚ ਪੇਸ਼ ਕਰਕੇ ਅਸੀਂ ਰਿਮਾਂਡ ਲਿਆ ਹੈਗਾ, ਅਸੀਂ ਪੁੱਛਗਿੱਛ ਕਰ ਰਹੇ ਹੈਗੇ। 2 ਦਿਨ ਦਾ ਰਿਮਾਂਡ ਹੈਗਾ।